ਜੀ ਚੰਨੀ ਨੂੰ ਇੱਕ ਵਾਰ ਫਿਰ ਜਿਹੜਾ ਮੁੱਖ ਮੰਤਰੀ ਚਿਹਰੇ ਦੇ ਨਾਮ ਵਜੋਂ ਐਲਾਨਿਆ ਗਿਆ ਤੁਹਾਡਾ ਕੀ ਕਹਿਣਾ ਇਹ ਹਿਸਾਬ ਦੇ ਵਿੱਚ ਤਾਂ ਮੱਚ ਬੈਟਰ ਆ ਸਾਰੇ ਜਿੰਨੇ ਕੈਂਡੀਡੇਟ ਨੇ ਨਾ ਡਿਜ਼ਰਵ ਇਹੀ ਕਰਦਾ ਸੀ ਆਪਾਂ ਨੂੰ ਰੁਜ਼ਗਾਰ ਚਾਹੀਦਾ ਕੰਮ ਚਾਹੀਦਾ ਕਿਤੇ ਵੀ ਭਾਵੇਂ ਮਿਲ ਜਾਵੇ ਸਾਨੂੰ ਸਾਨੂੰ ਕੁਛ ਨਹੀਂ ਚਾਹੀਦਾ ਹੋਰ ਬਸ ਸਾਨੂੰ ਇਹੀ ਚਾਹੀਦੇ ਮੁੱਦੇ ਸਾਡੇ ਜਿਹੜੇ ਹੈਗੇ ਨੇ ਉਹ ਸਾਡੇ ਪੂਰੇ ਹੋਣੇ ਚਾਹੀਦੇ ਬਸ ਜੀ ਚੰਨੀ ਨੂੰ ਜੇ ਮੌਕਾ ਦਿੱਤਾ ਜਾਵੇ ਤਾਂ ਉਹ ਪੰਜਾਬ ਵਾਸਤੇ ਕੁਝ ਕਰਨਗੇ ਹਾਂ ਕਰਨਗੇ ਜੀ ਜ਼ਰੂਰ ਕਰਨਗੇ ਇਹ ਸਭ ਤੋਂ ਬਿਹਤਰ ਹੈ ਜੀ ਸਭ ਤੋਂ ਵਧੀਆ ਕਰਨਗੇ ਜੋ ਕਰਨਗੇ ਹਾਂ ਪੱਕੇ ਪੱਕੇ ਕਰੇਗਾ ਜੀ ਇਹ ਕੰਮ ਇਹ ਸਾਰੇ ਗਰੀਬਾਂ ਵਾਸਤੇ ਕੰਮ ਜ਼ਰੂਰ ਕਰੇਗਾ ਇਹਨੂੰ ਮੌਕਾ ਦੇਣਾ ਹੀ ਚਾਹੀਦਾ ਇਹਨਾਂ ਨੂੰ ਜਦ ਤੱਕ ਨਾ ਮੌਕਾ ਦੇਣਗੇ ਕਾਂਗਰਸ ਫੇਲ ਹੈ ਰੋਜ਼ ਕੋਈ ਨਾ ਕੋਈ ਨਵੀਂ ਸਟੇਟਮੈਂਟ ਹੁੰਦੀ ਹੈ ਅੱਜ ਹੋਰ ਕੱਲ੍ਹ ਹੋਰ ਪਰਸੋਂ ਹੋਰ ਉਹਦੇ ਉੱਪਰ ਉਹਦੀ ਸਿਸਟਰ ਦਾ ਪਿੱਛੇ ਜਿਹਾ ਰੌਲਾ ਪਿਆ ਹੈਗਾ ਦੇਖੋ ਨਾ ਤੁਸੀਂ ਘਰ ਦੀ ਫੈਮਿਲੀ ਬਾਰੇ ਜੀ ਉਹਦੀ ਮਿਸਿਜ਼ ਨੂੰ ਨਹੀਂ ਪਤਾ ਕਿ ਮੇਰੀ ਇਹ ਨਨਾਣ ਹੈ ਇੱਕ ਤਾਂ ਦਲਿਤ ਚਿਹਰਾ ਜੀ ਕਾਂਗਰਸ ਅੱਗੇ ਲੈ ਕੇ ਆਈ ਹੈ ਜੇ ਦਲਿਤ ਭਾਈਚਾਰੇ 'ਚ ਵੀ ਕੁਛ ਮਤਲਬ ਕਿ ਅੱਛਾ ਹੋਊਗਾ ਸਰ ਹੋਰ ਕੁਛ ਬਸ ਇਹ ਹੈ ਵੀ ਜੋ ਵੀ ਹੈ ਉਹਨਾਂ ਨੂੰ ਫਾਇਦਾ ਹੋਊਗਾ ਜਿਵੇਂ 111 ਦਿਨਾਂ 'ਚ ਉਹਨਾਂ ਨੇ ਕੰਮ ਕੀਤਾ ਜੇ ਉਹਨਾਂ ਦੀ ਸਰਕਾਰ ਬੰਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਉਹ ਕੰਮ ਕਰਨਗੇ ਲੋਕਾਂ ਵਾਸਤੇ ਕਰਨਗੇ ਜ਼ਰੂਰ ਕਰਨਗੇ ਜੋ 111 ਦਿਨਾਂ 'ਚ ਕਰ ਸਕਦੇ ਆ ਤਾਂ ਅੱਗੋਂ ਕਿਉਂ ਨਹੀਂ ਕਰਨਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਮੈਂ ਸ਼ਪ੍ਰੀਤ ਕੌਰ ਹੁਣ ਪੰਜਾਬ ਵਿੱਚ ਜਲਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਵੱਖ ਵੱਖ ਪਾਰਟੀਆਂ ਵੱਲੋਂ ਆਪਣੇ ਸੀਐਮ ਚਿਹਰੇ ਦੇ ਐਲਾਨ ਕੀਤੇ ਜਾ ਰਹੇ ਨੇ ਅਤੇ ਇਸ ਦੇ ਚੱਲਦੇ ਹੀ ਰਾਹੁਲ ਗਾਂਧੀ ਜਿਹੜੇ ਨੇ ਉਹ ਪੰਜਾਬ ਦੌਰੇ 'ਤੇ ਆਉਂਦੇ ਨੇ ਲੁਧਿਆਣੇ ਦੌਰੇ 'ਤੇ ਆਉਂਦੇ ਨੇ ਅਤੇ ਉਸ ਦੌਰਾਨ ਉਹਨਾਂ ਵੱਲੋਂ ਪੰਜਾਬ ਕਾਂਗਰਸ ਦਾ ਸੀਐਮ ਚਿਹਰਾ ਐਲਾਨ ਕਰ ਦਿੱਤਾ ਜਾਂਦਾ ਹੈ ਜੋ ਕਿ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੂੰ ਇੱਕ ਵਾਰ ਫਿਰ ਹੀ ਜਿਹੜਾ ਸੀਐਮ ਚਿਹਰੇ ਵਜੋਂ ਅਨਾਊਂਸ ਕੀਤਾ ਜਾਂਦਾ ਹੈ ਅਤੇ ਇਸ 'ਤੇ ਆਪਾਂ ਥੋੜ੍ਹੀ ਗੱਲਬਾਤ ਕਰਾਂਗੇ ਲੋਕਾਂ ਨਾਲ ਕਿ ਉਹਨਾਂ ਨੂੰ ਕੀ ਲੱਗਦਾ ਹੈ ਕਿ ਸੀਐਮ ਚੰਨੀ ਜਿਹੜੇ ਨੇ ਜਾਂ ਚਰਨਜੀਤ ਚੰਨੀ ਜਿਹੜੇ ਨੇ ਉਹਨਾਂ ਨੂੰ ਜੇ ਮੌਕਾ ਦਿੱਤਾ ਜਾਏ ਤਾਂ ਉਹ ਕੁਛ ਕਰਕੇ ਦਿਖਾਉਣਗੇ ਅਤੇ ਲੋਕਾਂ ਦੀ ਰਾਏ ਜਾਂਦੇ ਸਰ ਚਰਨਜੀਤ ਚੰਨੀ ਨੂੰ ਇੱਕ ਵਾਰ ਫਿਰ ਜਿਹੜਾ ਮੁੱਖ ਮੰਤਰੀ ਚਿਹਰੇ ਦੇ ਨਾਮ ਵਜੋਂ ਐਲਾਨਿਆ ਗਿਆ ਤੁਹਾਡਾ ਕੀ ਕਹਿਣਾ ਇਸ ਬਾਰੇ ਮੇਰੇ ਹਿਸਾਬ ਦੇ ਵਿੱਚ ਤਾਂ ਮੱਚ ਬੈਟਰ ਆ ਸਾਰੇ ਜਿੰਨੇ ਕੈਂਡੀਡੇਟ ਨੇ ਨਾ ਡਿਜ਼ਰਵ ਇਹੀ ਕਰਦਾ ਸੀ ਅਤੇ ਕੈਪਟਨ ਅਮਰਿੰਦਰ ਨੂੰ ਹਟਾਇਆ ਗਿਆ ਸੀ ਅਤੇ 111 ਦਿਨ ਇਹਨਾਂ ਨੇ ਕੰਮ ਕੀਤਾ ਹੈ ਅਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਉਹਦੇ ਅਕੋਰਡਿੰਗ ਹੀ ਕਹਿ ਰਹੇ ਹਾਂ ਕਿ ਬਹੁਤ ਅੱਛਾ ਰਹੇਗਾ ਅਦਰਵਾਈਜ਼ ਤਾਂ ਕੋਈ ਲੀਡਰ ਦੇ ਜਿਹੜਾ ਹੈ ਸੁਨੀਲ ਜਾਖੜ ਹੈ ਅੱਛਾ ਆਦਮੀ ਹੈ ਪਰ ਇਹ ਜਿੰਨੀ ਮਿਹਨਤ ਕੀਤੀ ਹੈ ਇਸ ਬੰਦੇ ਨੇ ਉਸ ਹਿਸਾਬ ਦੇ ਨਾਲ ਮੈਨੂੰ ਲੱਗਦਾ ਕਿ ਅੱਛਾ ਰਹੇਗਾ ਅਤੇ ਜੇ ਇਹਨਾਂ ਨੂੰ ਮੌਕਾ ਦਿੱਤਾ ਜਾਏ ਤਾਂ ਪੰਜਾਬ ਵਿੱਚ ਇਹ ਵਿਕਾਸ ਕਰ ਸਕਦੇ ਨੇ ਹੋ ਸਕਦਾ ਬਿਲਕੁਲ ਕਰਨਗੇ ਜੇ ਇਹਨਾਂ ਦੇ ਜੋ ਮੁੱਦੇ ਨੇ ਉਹਨਾਂ ਦੇ ਉੱਪਰ ਪੂਰੇ ਉਤਰ ਜਾਣ ਤਾਂ ਅੱਛਾ ਰਹੇਗਾ ਅਤੇ ਸਰ ਤੁਹਾਡਾ ਕੀ ਕਹਿਣਾ ਇਸ ਬਾਰੇ ਕਿ ਚਰਨਜੀਤ ਚੰਨੀ ਨੂੰ ਸੀਐਮ ਚਿਹਰਾ ਐਲਾਨਿਆ ਗਿਆ ਹੈ ਕਾਂਗਰਸ ਪਾਰਟੀ ਵੱਲੋਂ ਬਹੁਤ ਵਧੀਆ ਜੀ ਹਾਂਜੀ ਆਪਾਂ ਨੂੰ ਤਾਂ ਰੁਜ਼ਗਾਰ ਚਾਹੀਦਾ ਕੰਮ ਚਾਹੀਦਾ ਕਿਤੇ ਵੀ ਭਾਵੇਂ ਮਿਲ ਜਾਵੇ ਸਾਨੂੰ ਸਾਨੂੰ ਕੁਛ ਨਹੀਂ ਚਾਹੀਦਾ ਹੋਰ ਬਸ ਸਾਨੂੰ ਇਹੀ ਚਾਹੀਦੇ ਮੁੱਦੇ ਸਾਡੇ ਜਿਹੜੇ ਹੈਗੇ ਨੇ ਉਹ ਸਾਡੇ ਪੂਰੇ ਹੋਣੇ ਚਾਹੀਦੇ ਬਸ ਜੀ ਚਰਨਜੀਤ ਚੰਨੀ ਨੂੰ ਜੇ ਮੌਕਾ ਦਿੱਤਾ ਜਾਵੇ ਤਾਂ ਉਹ ਪੰਜਾਬ ਵਾਸਤੇ ਕੁਛ ਕਰਨਗੇ ਹਾਂ ਕਰਨਗੇ ਜੀ ਜ਼ਰੂਰ ਕਰਨਗੇ ਇਹ ਸਭ ਤੋਂ ਬਿਹਤਰ ਹੈ ਜੀ ਸਭ ਤੋਂ ਵਧੀਆ ਕਰਨਗੇ ਜੋ ਕਰਨਗੇ ਕਾਂਗਰਸ ਪਾਰਟੀ ਵੱਲੋਂ ਇਹ ਡਿਸੀਜਨ ਜਿਹੜਾ ਲਿੱਤਾ ਗਿਆ ਚਰਨਜੀਤ ਚੰਨੀ ਨੂੰ ਉਹਨਾਂ ਨੇ ਸੀਐਮ ਚਿਹਰਾ ਬਣਾਇਆ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਮੈਂ ਕਹਿੰਦਾ ਬਹੁਤ ਵਧੀਆ ਬਣਾਇਆ ਜੀ ਹਾਂਜੀ ਸਿੱਧੂ ਨੇ ਸਿੱਧੂ ਨੇ ਬੇੜੇ ਗਰਕ ਕਰਨਾ ਸੀ ਇਹ ਚੰਨੀ ਸਭ ਤੋਂ ਵਧੀਆ ਜੀ ਹਾਂਜੀ ਸਰ ਤੁਹਾਡਾ ਕੀ ਕਹਿਣਾ ਇਸ ਬਾਰੇ ਮੇਰੇ ਵਾਸਤੇ ਸਹੀ ਹੈ ਜੀ ਅਸੀਂ ਤਾਂ ਕਾਂਗਰਸੀ ਹਾਂ ਅਸੀਂ ਕਾਂਗਰਸ ਨੂੰ ਵੋਟ ਪਾਉਂਦੇ ਹਾਂ ਸ਼ੁਰੂ ਤੋਂ ਹੀ ਸਾਡੇ ਵਾਸਤੇ ਬਿਹਤਰ ਹੈ ਗਰੀਬਾਂ ਵਾਸਤੇ ਬਹੁਤ ਵਧੀਆ ਬੰਦਾ ਹੈ ਕਾਂਗਰਸੀ ਹੋ ਤੁਸੀਂ ਪਰ ਜੇ ਆਪਾਂ ਚਰਨਜੀਤ ਚੰਨੀ ਦੀ ਗੱਲ ਕਰੀਏ ਉਹਨਾਂ ਨੂੰ ਸੀਐਮ ਫੇਸ ਐਲਾਨਿਆ ਗਿਆ ਇਸ ਬਾਰੇ ਤੁਹਾਡਾ ਕੀ ਕਹਿਣਾ ਬਹੁਤ ਵਧੀਆ ਬੰਦਾ ਜੀ ਇਹਨੇ ਜਿਹੜੇ ਇਹਨੇ ਕੰਮ ਕੀਤੇ ਹੈ ਨਾ ਬਹੁਤ ਵਧੀਆ ਕੰਮ ਕੀਤੇ ਨੇ ਗਰੀਬਾਂ ਵਾਸਤੇ ਜ਼ਿਆਦਾ ਕੀਤੇ ਵਧੀਆ ਹਾਂਜੀ ਜੇ ਇਹਨਾਂ ਨੂੰ ਇੱਕ ਵਾਰ ਮੌਕਾ ਦਿੱਤਾ ਜਾਵੇ ਤਾਂ ਕੁਛ ਕਰਕੇ ਦਿਖਾਉਣਗੇ ਤੁਹਾਡੇ ਕੋਲ ਹਾਂ ਪੱਕੇ ਪੱਕੇ ਕਰੇਗਾ ਜੀ ਇਹ ਕੰਮ ਇਹ ਸਾਰੇ ਗਰੀਬਾਂ ਵਾਸਤੇ ਕੰਮ ਜ਼ਰੂਰ ਕਰੇਗਾ ਇਹਨੂੰ ਮੌਕਾ ਦੇਣਾ ਹੀ ਚਾਹੀਦਾ ਇਹਨਾਂ ਨੂੰ ਜਦ ਤੱਕ ਨਾ ਮੌਕਾ ਦੇਣਗੇ ਕਾਂਗਰਸ ਫੇਲ ਹੈ ਇਹ ਬੰਦਾ ਬਹੁਤ ਵਧੀਆ ਹੈ ਬਾਕੀ ਤਾਂ ਰਲੀਆਂ ਮਿਲੀਆਂ ਸਰਕਾਰਾਂ ਖਾਂਦੀਆਂ ਇਹ ਖਾਣ ਵਾਲਾ ਬੰਦਾ ਨਹੀਂ ਹੈਗਾ ਬਸ ਨਵਜੋਤ ਸਿੱਧੂ ਵੀ ਲਾਈਨ 'ਚ ਸੀਗੇ ਉਹਨਾਂ ਨੂੰ ਵੀ ਚਰਚਾ ਚੱਲ ਰਹੀ ਸੀਗੀ ਉਹਨਾਂ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਇਸ ਬਾਰੇ ਤੁਹਾਡਾ ਕੀ ਮੈਂ ਨਹੀਂ ਕਹਿ ਸਕਦੇ ਸਿੱਧੂ ਇਜ਼ ਨੋਟ ਰਿਸਪੋਂਸੀਬਲ ਉਹਨੂੰ ਰੋਜ਼ ਕੋਈ ਨਾ ਕੋਈ ਨਵੀਂ ਸਟੇਟਮੈਂਟ ਹੁੰਦੀ ਹੈ ਅੱਜ ਹੋਰ ਕੱਲ੍ਹ ਹੋਰ ਪਰਸੋਂ ਹੋਰ ਉਹਦੇ ਉੱਪਰ ਉਹਦੀ ਸਿਸਟਰ ਦਾ ਪਿੱਛੇ ਜਿਹਾ ਰੌਲਾ ਪਿਆ ਹੈਗਾ ਦੇਖੋ ਨਾ ਤੁਸੀਂ
घर की फैमिली बारे ही उनकी मिसिज नहीं पता कि मेरी ये ननान है, वह कहती जी इनकी सिस्टर ही है नहीं, जबकि असी 10 कम से कम फेसबुक पर वीडियो देखे जिंद खुद एक्सैप्ट करता भी मेरी दो सिस्टर हैगी, एक 13 साल बड़ी है, एक 16 साल बड़ी है, तो जबकि उनकी वाइफ ही मनने तैयार नहीं कि मेरी सिस्टर है। की लॉजिक है जोड़ा घर के बंदा स्टेबल नहीं वो बार की रिस्पोंस दे सकता। चरणजीत चन्नी कांग्रेस पार्टी वालों सीएम चेहरा ऐलान कर दिया गया, इस बारे मैडम जे पार्टी ने कुछ सोच समझ के किया होना, उन्होंने 111 दिनों वैसे तो बहुत वधिया कुछ किया वा, जो देख के मतलब कि अच्छा ही लगता भी जो भी किया उन्होंने अच्छा किया, क्योंकि जे कोई होर चेहरा हो दलित चेहरा जी कांग्रेस अगे लैके आई है, जे दलित भाईचारे च भी कुछ मतलब कि अच्छा होगा सर, होर कुछ बस यह है भी जो भी है उन्होंने फायदा होगा, बाकी जे आस तो सारी रखते जी कोई काम करे सरकार तो कोई नो डाउट मतलब कि अच्छा करना चाहिए, कोई भी सरकार आवे बस आके काम करे, जिम्मे मतलब कि पढ़ाई का मुद्दा हो पढ़ाई हो फिर किसी ने रुजगार दे सिर्फ मैडिकल, सानू ए नहीं कहते भी सानू कोई कणक कोई चीज़ कोई राशन फ्री नहीं चाहिए, सानू कि साढ़े बच्चों का सिर्फ भविख कितने है जी, एक साडा मतलब कि जिमें कहते भी जी सानू अपना हेल्थ वास्ते कुछ मिले, दूजा जी स्टडी वास्ते ठीक है जी, तीजा बेरोजगारी, बस जी साडा कोई होर मुद्दा नहीं, जिहड़ी मर्जी सरकार बने मगर अच्छा भाई यही काम करे भी, तो तीन चीज़ा बहुत दूर हो जाए कोई सानू फ्री नहीं चाहिए जी, बाकी दैट्स ऑल। बस सर कांग्रेस पार्टी वालों सीएम चन्नी जिहड़े मौजूदा ने चरणजीत चन्नी उन्होंने जिहड़ा है हुण सीएम चेहरा ऐलान कर दिया गया, इस बारे थोड़ा की कहना? बहुत अच्छा किया जी उन्होंने, उन्होंने काम बहुत किए है, मुलाजमान वास्ते बड़ा कुछ किया है, बिजली के बिल कटाते है, यूनिटा कटा दती है, आम पब्लिक वास्ते बहुत वधिया किया उन्होंने, अगों भी करेंगे साड़ी ये दुआ है। उन्हें जिमें 111 दिन उन्होंने काम किया, जो उन्होंने सरकार बनती है तो थोड़ा की लगता वो काम करेंगे लोगों वास्ते? करेंगे जरूर करेंगे, जो 111 दिन कर सकते हैं तो अगों की कड़ी करेंगे, करेंगे जरूर करेंगे। बहुत वधिया है जी, चन्नी सरकार आई है, कोई ना कोई सोचेगी इस बारे, वधिया सोचा भी है, डिसीजन वधिया लैणगे तो वधिया काम होएगा जी, तो साड़ी आस यही यही अगे आवे, अगे भी यही बनन तो वधिया सोचन पंजाब बारे पब्लिक का सोचन। तो ये सीगे लोगों के व्यूज़, चरणजीत चन्नी कांग्रेस पार्टी वालों सीएम चेहरा ऐलान तो बाद ही लोग काफ़ी खुश ने, तो उन्होंने कहना है कि जो 111 दिन चन्नी सरकार इन्ना वधिया काम कर सकती है तो जो उन्होंने वो मौका देंगे या मौका दिता जाएगा तो बहुत कुछ करके दिखाएंगे, तो पंजाब का बहुत विकास होएगा, तो पंजाब वास्ते काफ़ी फायदा कर देंगे। तो और वधेरे अपडेट्स लिए साडे नाल जुड़े रहो, मैं शुप्रीत कौर कैमरामैन रणबीर के नाल लुधियाना टाइम।